ਜੇ ਆਈ ਇਹ ਪਤਝੜ ਤਾਂ ਫਿਰ ਕੀ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਆਓ ਤੁਹਾਨੂੰ ਲੈ ਚੱਲਦਿਆਂ ਰਾਜਸਥਾਨ ਦੇ ਸ਼ਹਿਰ ਸ਼੍ਰੀ ਗੰਗਾਨਗਰ ਅਤੇ ਮਿਲਵਾਉਂਦੇ ਹਾਂ ਉਸ ਇਨਸਾਨ ਨਾਲ ਜਿਸ ਨੇ UK ਦਾ ਸਟੱਡੀ ਵੀਜ਼ਾ ਹਾਸਲ ਕੀਤਾ ਸੀਵਰਡ ਐਜੂਕੇਸ਼ਨ ਤੋਂ, ਉਹ ਵੀ 1 ਮਹੀਨੇ ਵਿੱਚ। ਹੱਥਾਂ ਵਿੱਚ ਵੀਜ਼ੇ ਵਾਲਾ ਪਾਸਪੋਰਟ ਲੈ ਕੇ ਕਾਲੀ ਪੈਰਾਂ ਨਾਲ ਜਾ ਰਿਹਾ ਇਹ ਹੈ ਜਗਜੀਤ। ਆਓ ਹੁਣ ਜਾਣਦੇ ਹਾਂ ਜਗਜੀਤ ਦਾ ਸੀਵਰਡ ਬਾਰੇ ਕੀ ਕਹਿਣਾ ਹੈ। ਮੇਰਾ ਨਾਮ ਜਗਜੀਤ ਸਿੰਘ ਹੈ, ਮੈਂ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ 73 NP ਪਿੰਡ ਤੋਂ ਬਿਲੋਂਗ ਕਰਦਾ। ਮੈਂ ਆਪਦੀ ਗ੍ਰੈਜੂਏਸ਼ਨ 2017 'ਚ ਪਾਸ ਆਊਟ ਕੀਤੀ। ਆਫਟਰ ਦੈਟ ਮੈਂ PT ਕੀਤੀ। PT 'ਚ ਮੇਰਾ ਓਵਰਆਲ ਸਕੋਰ 56, ਨੋਟ ਲੈਸ ਦੈਨ 55 ਸੀਗਾ। ਐਂਡ ਮੈਂ ਕਾਫੀ ਏਜੰਟਾਂ ਕੋਲ ਫਿਰ UK ਲਈ ਡਿਸਕਸ ਕੀਤਾ, ਕਾਫੀ ਏਜੰਟਾਂ ਕੋਲ ਗਿਆ ਮੈਂ, ਬਟ ਮੈਨੂੰ ਪੂਰਾ ਪ੍ਰੋਪਰ ਮੈਂ ਵੇ ਨਾਲ ਨਹੀਂ ਸਰਟੀਫਿਕੇਟ ਮਿਲਿਆ। ਅਤੇ ਮੇਰਾ 5 ਤੋਂ 6 ਸਾਲ ਦਾ ਗੈਪ ਸੀਗਾ ਅਤੇ ਕੋਈ ਏਜੰਟ ਮੇਰੀ ਫਾਈਲ ਨਹੀਂ ਫੜਦਾ ਸੀਗਾ। ਫਿਰ ਇੱਕ ਦਿਨ ਮੈਂ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ 'ਤੇ ਮੋਹਾਲੀ ਸੀਵਰਡ ਵਾਲਿਆਂ ਦੀ ਐਡਵਰਟਾਈਜਮੈਂਟ ਦੇਖੀ ਅਤੇ ਮੈਂ ਉਹਨਾਂ ਦੀ ਟੀਮ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਠਿੰਡੇ ਬ੍ਰਾਂਚ ਹੈਗੀ ਹੈ, ਤੁਸੀਂ ਉੱਥੇ ਵਿਜਿਟ ਕਰ ਲਓ। ਅਤੇ ਫਿਰ ਅਸੀਂ ਇੱਕ ਦਿਨ ਬਠਿੰਡੇ ਬ੍ਰਾਂਚ ਗਏ, ਉੱਥੇ ਵਿਜਿਟ ਕੀਤਾ ਅਤੇ ਸਾਨੂੰ ਉਹਨਾਂ ਸਟਾਫ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਹਰ ਇੱਕ ਚੀਜ਼ ਸਮਝਾਈ, ਬਹੁਤ ਵਧੀਆ ਕੋਪਰੇਟਿਵ ਸਾਨੂੰ ਉਹਨਾਂ ਨਾਲ ਵਧੀਆ ਮਿਲ ਕੇ ਵਧੀਆ ਲੱਗਿਆ। ਅਤੇ ਜਿਵੇਂ ਜਿਵੇਂ ਸਾਨੂੰ ਉਹਨਾਂ ਨੇ ਜੋ ਪ੍ਰੋਸੈਸ ਦੱਸਿਆ ਵੀ ਤੁਹਾਡੇ ਇੰਨੇ ਟਾਈਮ 'ਚ ਵੀਜ਼ ਆ ਜੂਗਾ, ਠੀਕ ਹੈ, ਅਤੇ ਉਸ ਹਿਸਾਬ ਨਾਲ ਅਸੀਂ ਪ੍ਰੋਪਰ ਵੇ ਨਾਲ ਅਸੀਂ ਆਪਦਾ ਕੰਮ ਕੀਤਾ ਅਤੇ ਆਫਟਰ ਬਾਇਓਮੈਟ੍ਰਿਕ ਮੇਰਾ 4 ਤੋਂ 5 ਦਿਨਾਂ ਵਿੱਚ ਮੇਰਾ ਵੀਜ਼ਾ ਗ੍ਰਾਂਟ ਹੋ ਗਿਆ। ਬਾਕੀ ਇਹਨਾਂ ਦੇ ਬੰਦੇ ਵੀ ਠੀਕ ਆ, ਸੋਹਣੇ ਆ ਅਤੇ ਆਦਰ ਮਾਣ ਵੀ ਕਰਦੇ ਆ ਅਤੇ ਗੱਲ ਵੀ ਸੁਣਦੇ ਆ ਅਤੇ ਕੰਮ ਵੀ ਕਰਦੇ ਆ, ਅਸੀਂ ਖੁਸ਼ ਹਾਂ। ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ, ਪਰ ਉਸ ਲਈ ਲੋੜ ਹੁੰਦੀ ਹੈ ਸਖ਼ਤ ਮਿਹਨਤ ਅਤੇ ਸਹੀ ਰਸਤੇ ਦੀ। ਜਗਜੀਤ ਦੀ ਸਖ਼ਤ ਮਿਹਨਤ ਅਤੇ ਸੀਵਰਡ ਦੇ ਦਿਖਾਏ ਸਹੀ ਰਸਤੇ ਨੇ ਜਗਜੀਤ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕੀਤਾ।